ਉਹ ਬੱਗੇ ਦੀ ਘਰ ਵਾਲੀ ਆ ਤੇ ਬੱਗੇ ਦਾ ਹੀ ਜਵਾਕ ਆ ਮੇਰਾ ਉਹ ਬੱਗਿਆ ਉਹ ਮੇਰੇ ਪੁੱਛਿਓ ਬਗੈਰ ਵਿਆਹ ਕਰਾ ਲਈ ਚਾਚਾ ਤੇ ਨਾਲੇ ਤੇਰਾ ਇੱਕ ਮੁੰਡਾ ਵੀ ਹੈ ਚਾਚਾ ਉਹ ਚਾਚਾ ਚਾਚਾ सफरी पकौड़ा खा जिंदगी कोई है ओ मेरे को पूछन तो बगैर सिलेंडर किने लाया मैं लाया जदो तनु पता है के कार वास्ते मैं लिया एदे ते मैं हांडी रोटी करनी हुंदी ते तुसी इनु क्यों लाया ओ मिस्त्रीया जिया ओदी हालत बहुत खराब सी मेनू पता है के सिलेंडर दे पैसे तुहाडे को नहीं दिते जाने लेकिन फिर भी तुसी टेंशन नहीं लेनी बस तां इजी बैठे हैं अच्छा ते मैं भी सीरियस होया फिर अच्छा ते अपना डॉक्टर साहब हां जी दवाई तो ਤੁਹਾਡੇ ਕੋਲ ਹੈ ਕੋਈ ਨਹੀਂ ਮੈਂ ਦਿੰਦਾ ਵੀ ਨਹੀਂ ਕੋਈ ਇਤਿਹਾਤ ਹੀ ਦੱਸ ਦਿਓ ਬਾਕੀ ਜਿੰਨੀਆਂ ਮਰਜ਼ੀ ਮੈਂ ਤੁਹਾਨੂੰ ਇਤਿਹਾਤਾਂ ਦੱਸ ਦਿਆਂ ਇਹਨੇ ਬਚਣਾ ਨਹੀਂ ਜੋ ਡਾਕਟਰ ਨੇ ਕਹਿਤਾ ਉਹ ਕਹਿਤਾ ਬੇ ਸਫਰੀ ਮੈਨੂੰ ਤਾਂ ਤੂੰ ਹੌਸਲੇ ਦਿੰਦਾ ਸੀ ਬਈ ਸ਼ੇਰ ਵਰਗਾ ਦਿਲ ਹੋਣਾ ਚਾਹੀਦਾ ਇਰਾਦੇ ਤਕੜੇ ਹੋਣੇ ਚਾਹੀਦੇ ਉਹ ਕਿਉਂ ਆਪ ਤੇ ਭਿੱਜੀ ਚਿੜੀ ਵਾਂਗੂ ਡਿੱਗਿਆ ਪਿਆ ਨੇ दिल तो कहने मैं तेरे ते यकीन कर लवा पर तेरी करतूत नहीं कर देंदियां पुत्र व्याह करवा ले व्याह बहुत चंगी चीज है दो रूहां जुड़दियां ने दो टब्बर जुड़दे ने किन्ने सारे रिश्ते जुड़दे ने थोड़ी पीढ़ी ने तो जुड़ना सीखे ही नहीं निक्की निक्की गल ते टुट जाने हो जे मैं मर गई ना तू कल्ला रह जाएगा ਉਹ ਕਹਿੰਦੇ ਹੁੰਦੇ ਨੇ ਨਾ ਕੱਲੀ ਹੋਵੇ ਨਾ ਬਣਾ ਦੇ ਵਿੱਚ ਲੱਕੜੀ ਕੱਲਾ ਨਾ ਹੋਵੇ ਪੁੱਤ ਚੱਟਦਾ ਦੁਨੀਆ ਕੱਲਿਆਂ ਦੀ ਨਹੀਂ ਹੈ ਨਾਲੇ ਜਿਹਦੇ ਨਾਲ ਪਿਆਰ ਕਰਦੇ ਹੋ ਜੇ ਉਹਦੇ ਨਾਲ ਵਿਆਹ ਹੋ ਜੇ ਇਸ ਤੋਂ ਚੰਗੀ ਹੋਰ ਕੀ ਗੱਲ ਹੋ ਸਕਦੀ ਹੈ ਹੈਨਾ ਜਾ ਕਹਿ ਦੇ ਕੁੜੀ ਨੂੰ ਪਹਿਲਾਂ ਲੱਤਾਂ ਤਾਂ ਘੁੱਟ ਲੈ ਮੇਰੀਆਂ ਤੁਰ ਪਿਆ ਸਹਿਜ ਕਿਹੜੀ ਗੱਲ ਕਰਨੀ ਮੈਨੇ ਇੱਥੇ ਬੁਲਾ ਕੇ ਬੱਗੇ ਮੈਨੂੰ ਕੈਵਨ ਨਾਲ ਬੜਾ ਪਿਆਰ ਹੋ ਗਿਆ ਇਹ ਤੇ ਬੜੀ ਚੰਗੀ ਗੱਲ ਹੈ ਕੈਵਨ ਦੀ ਮੰਮੀ ਨਾਲ ਵੀ ਹੋ ਗਿਆ ਇਹ ਬਹੁਤ ਮਾੜੀ ਗੱਲ ਹੈ ਉਹ ਤੂੰ ਪਾਗਲ ਤਾਂ ਨਹੀਂ ਹੋ ਗਿਆ ਤੈਨੂੰ ਪਤਾ ਤੂੰ ਕਿਹੜੀ ਗੱਲ ਕਰਦਾ ਪਿਆ ਜੇ ਉਹਨੇ ਸੁਣ ਲਿਆ ਨਾ